ਜਦੋਂ ਹੁਣ ਮੈਂ ਸਕਸੈਸ ਹੋ ਗਿਆ ਥੋੜਾ ਮੇਰੀ ਛੋਟੀ ਸਿਸਟਰ ਨੇ ਇਹਨੇ ਸਾਲਾਂ ਬਾਅਦ ਮੈਨੂੰ ਦੱਸਿਆ ਕਹਿੰਦੀ 얘 ਤੈਨੂੰ ਤਾਂ ਪਤਾ ਨਹੀਂ ਹੋਣਾ ਪਾਪਾ ਨੇ ਪਤਾ ਇੱਕ ਵਾਰੀ ਦਿਨ ਵਰ ਕੀ ਕਿਹਾ ਸੀ ਜੱਟੂ ਰਾਮ ਪੰਡਤ ਕੋਲੇ ਕਹਿੰਦੇ ਪੰਡਤ ਜੀ ਮੈਂ ਮੇਰੇ ਪੁੱਤ ਨੂੰ ਬਹੁਤ ਨੇੜੇੋਂ ਜਾਣਦਾ ਮੈਂ ਉਹਨੂੰ ਦੇਖ ਵੀ ਆਇਆ ਕੰਮ ਕਰਦੇ ਨੂੰ ਮੇਰੇ ਤਾਂ ਚਮੜੀਆਂ ਜੁੱਤੀਆਂ ਵੀ ਉਹਦੇ ਪੈ ਜਾਣ ਮੈਂ ਭਾਗਾਂ ਵਾਲਾ ਹੋਊਂਗਾ ਜਦੋਂ ਮੈਂ ਪਹਿਲੀ ਵਾਰ ਇਹ ਸੁਣਿਆ ਦਿਨ ਤੋਂ ਗੱਲ ਹੀ ਨਾ ਆਵੇ ਸਾਹ ਹੀ ਰੁਕ ਗਿਆ ਮੇਰਾ ਮਗਾ ਹੋਰ ਤਾਈਬ ਇੱਥੇ ਬੈਠਾ ਕੇ ਮੇਰੇ ਬੀਜੀ ਤਾਂ ਪੜੇ ਲਿਖੇ ਹੈ ਨਹੀਂ ਸੀ ਉਹ ਤਾਂ ਹਾਊਸ ਵਾਈਫ ਸਨ ਪਰ ਪਾਪਾ ਪੜ੍ਹੇ ਲਿਖੇ ਜੀ ਗਏ ਉਥੇ ਪਿੱਛੋਂ ਬੈਕਗ੍ਰਾਉਂਡ ਵੱਡੀ ਸਰਦਾਰੀ ਇਹ ਉਹ ਸਾਰਾ ਉਹਦੇ ਉਹ ਤੁਰੇ ਫਿਰੇ ਸੀ ਦੁਨੀਆ ਦੇਖੀ ਹੋਈ ਸੀ ਫੌਜ ਚ ਨੌਕਰੀ ਕੀਤੀ ਉਥੇ ਲਖਸਰ ਚੁਗਦੇ ਮਿਲ ਜੀਤੇ ਇਸ ਕਰਕੇ ਉਹ ਉਹ ਖੁੱਲੇ ਵਿਚਾਰਾਂ ਦੇ ਜੀ ਗਏ ਉਹਨਾਂ ਨੇ ਮੇਰੇ ਮੋਢੇ ਤੇ ਜੋ ਥਾਪੜਾ ਦੇ ਕੇ ਰੱਖਿਆ ਉਹ ਕਿੰਨੀ ਵਾਰੀ ਹੁਣ ਹੁਣ ਜੋ ਇਸ ਵੇਲੇ ਜੋ ਪੋਜੀਸ਼ਨ ਹੈ ਬਹੁਤ ਮਸਕਰੀਦਾ ਕਿ ਉਹ ਹੁੰਦੇ ਦੇਖਦੇ ਵੀ ਸਕਸੈਸ ਅਲੱਗ ਚੀਜ਼ ਹੁੰਦੀ ਹੈ ਜਿਹੜੀ ਐਜ਼ ਐਨ ਐਕਟਰ ਤੁਹਾਨੂੰ ਐਕਟਰਾਂ ਦੀ ਜਿਹੜੀ ਇੱਜ਼ਤ ਨਹੀਂ ਹੈਗੀ ਸੀ ਉਹ ਜੋ ਰਿਸਪੈਕਟ ਮਿਲ ਲਈ ਹੈ ਸਰਦਾਰ ਸੋਹਣ ਕਈ ਬੰਦੇ ਮੈਨੂੰ ਫੈਨਸ ਉਹ ਬਪਾਜੀ ਤੁਸੀਂ ਬਹੁਤ ਵਧੀਆ ਬੰਦੇ ਹੋ ਬਗਾ ਯਾਰ ਬੰਦੇ ਤੂੰ ਕਦੋਂ ਦਿਖਲੇ ਭਰਾਵਾ ਕਹਿੰਦਾ ਜੀ ਇਹ ਨਾ ਸੋਚਿਆ ਕਰੋ ਕਿ ਦਰਸ਼ਕ ਨੂੰ ਐਕਟਰਾਂ ਬਾਰੇ ਕੁਝ ਪਤਾ ਨਹੀਂ ਹੁੰਦਾ ਤੁਹਾਡੀਆਂ ਗੱਲਾਂ ਸਾਰੀਆਂ ਕਿਧਰੋਂ ਕਿਧਰੋਂ ਘੁੰਮ ਘੁਮਾ ਕੇ ਸਾਡੇ ਕੰਨਾਂ 'ਚ ਪਹੁੰਚਦੀਆਂ ਹੁੰਦੀਆਂ ਨੇ ਤੁਹਾਡੀ ਕਦੇ ਕੁਝ ਇਹੋ ਜੀ ਗੱਲ ਨਹੀਂ ਸੁਣੀ ਮਾੜੀ ਵੀ ਬੰਦਾ ਮਾੜਾ ਹੈ ਜਾਂ ਮਾੜਾ ਬੋਲਦਾ ਹੈ ਕੌੜਾ ਬੋਲਦਾ ਹੈ ਜਾਂਦਾ ਵਿਵਹਾਰ ਗਲਤ ਹੈ ਜਾਂ ਹੋਰ ਬੜੇ ਨੁਕਸ ਹੁੰਦੇ ਉਹ ਕੁਛ ਏਦਾਂ ਦਾ ਕੋਈ ਕੋਈ ਗੱਲ ਨਹੀਂ ਸੁਣੀ ਕਦੇ ਹਮੇਸ਼ਾ ਵਧੀਆ ਵਧੀਆ ਹੀ ਸੁਣਿਆ ਇਸ ਕਰਕੇ ਕਹਿੰਦੇ ਆ ਸੋ ਇਹੋ ਜੀ ਤਾਰੀਫ ਹਾਂ ਤੇ ਜਦੋਂ ਅਸੀਂ ਨਾਟਕ ਕਰਦੇ ਸੀ ਉਦੋਂ ਇਹ ਇਹ ਹੈ ਯਾ ਵਾਕਿਆ ਹੋਇਆ ਸੀ ਅਸੀਂ ਮੇਰੇ ਖਿਆਲ ਇਹ ਹਿੰਦੀ ਚਾਦਰ ਯਾ ਚਮਕੌਰ ਦੀ ਗੜੀ ਪਲੇ ਕਰ ਰਹੇ ਸੀ ਉਹ ਜਿਹੜਾ ਮੇਰਾ ਨੈਗੇਟਿਵ ਰੋਲ ਸੀਗਾ ਪਹਿਲਾਂ ਤਾਂ ਬੀ ਨਾਲ ਵੀ ਇਦਾਂ ਹੋਇਆ ਮੈਂ ਰਾਏਕੋਟ ਅਨਾਜ ਮੰਡੀ ਚ ਅਸੀਂ ਪਲੇ ਕਰਦੇ ਸੀ ਤੇ ਉੱਥੇ ਮਾਈਆਂ ਦਾ ਵਾਛੜ ਲੈ ਵੀ ਗਲਾਂ ਦੀ ਆ ਟੁੱਟ ਪੈਣਾ ਜਦੋਂ ਆਉਂਦਾ ਨਾ ਅਗਲਾ ਕਿ ਤੁਰ ਜਾਂਦਾ ਇਹਨੂੰ ਸੂਬੇ ਸੂਬੇ ਸਰੰਦ ਨੂੰ ਅਗਲਾ ਕਿ ਤੁਰ ਜਾਂਦਾ ਹੈ ਵਿਵਿਦ ਚੱਲੀ ਨਗੇ ਅਖੀਰ ਚ ਨਹੀਂ ਪੜਨੇ ਬਸ ਕਰ ਮੇਰਾ ਪੁੱਤ ਹੈ ਉਹ ਫੇਰ ਮੇਰੀ ਵੱਡੀ ਸਿਸਟਰ ਇੱਥੇ ਉਹ ਉਸ ওপਨੇਰ ਥੀਏਟਰ ਉਹ ਸਟੇਅਰ ਬਣੀ ਹੋਈਆਂ ਨੇ ਉਹ ਅੱਗੇ ਵਾਲੀਆਂ ਸਟੇਅਰ ਦੋ ਤਿੰਨ ਛੱਟ ਕੇ ਵਿੱਚ ਬੈਠੇ ਦੇਖ ਰਹੇ ਐ ਪਲੇ ਮੈਨੂੰ ਭੈਣ ਨੇ ਗਿਆ ਇਹ ਵੀਰੇ ਸਨ ਵੈਨਾ ਚਾ ਚੜਿਆ ਨਾ ਸਾਡੇ ਮੂਰੇ ਬੈਠੇ ਬੰਦੇ ਦਾਂ ਗੱਲਾਂ ਕਰਨ ਯਾਰ ਆ ਜਿਹੜਾ ਬੰਦਾ ਨਾ ਉਹ ਜਿਹੜਾ ਰੋਲ ਕਰਦਾ ਹੈ ਉਹ ਮਰੂਰ ਹੈ ਇਹ ਨੈਗੇਟਿਵ ਵਗੈਰਾ ਇਹ ਜੇ ਰੂਲ ਕਰਦਾ ਹੈ ਪਰ ਉਹ ਬੰਦਾ ਬਹੁਤ ਲੱਠਾ ਬੰਦਾ ਬਹੁਤ ਹੀ ਵਧੀਆ ਇਨਸਾਨ ਹੈ ਸਾਰੇ ਉਹਦੀ ਤਾਰੀਫ ਹੈ ਇੱਥੇ ਅਸੀਂ ਕਦੋਂ ਦੇ ਉਹਦੇ ਪਲੇ ਦੇ ਦੇਖਦੇ ਆ ਇਹ ਇਹ ਬੰਦਾ ਬਹੁਤ ਵਧੀਆ ਹੈ ਨਹੀਂ ਤਾਂ ਐਕਟਰਾਂ ਬਾਰੇ ਇਹ ਹੁੰਦਾ ਕਿ ਨਹੀਂ ਮਾਰੇ ਮੇਰੀ ਭੈਣ ਕਹਿੰਦੀ ਸਾਨੂੰ ਤਾਂ ਐ ਲੈ ਹਾਏ ਹਾਏ ਸਾਡੇ ਵੀਰ ਦੀ ਨਹੀਂ ਤਾਰੀਫ ਹੁੰਦੀ ਹੈ ਸੋ ਉਹ ਤਾਰੀਫਾਂ ਕੱਟਣੀਆਂ ਬਹੁਤ ਔਖੀਆਂ ਨੇ ਬਹੁਤ ਔਖੀਆਂ ਬਹੁਤ ਔਖੀਆਂ ਹੈ ਉਹ ਹੋ ਜਿਹੜੇ ਨਵੇਂ ਬੱਚੇ ਆ ਰਹੇ ਨੇ ਉਹ ਇੰਨੀ ਰਿਸਪੈਕਟ ਦਿੰਦੇ ਆ ਕਿ ਝਿੜਕਾਂ ਵੀ ਚੱਲ ਜਾਂਦੇ ਆ ਗੁੱਸਾ ਵੀ ਨਹੀਂ ਕਰਦੇ ਫਿਰ ਕਹਿੰਦੇ ਬਾਬਾ ਜੀ ਤੁਹਾਡੀ ਝੜਕਾ ਬਹੁਤ ਜਿਵੇਂ ਪੁਰਾਣੇ ਜ਼ਮਾਨੇ ਦੇ ਹੁੰਦਾ ਨਹੀਂ ਫੱਤੋ ਮਾਈ ਦੀਆਂ ਗਾਲਾਂ ਦੁੱਧ ਕਿਉਂਦੀਆਂ ਨਾਲਾਂ ਉਹ ਲੱਗਦਾ ਹੁੰਦਾ ਵੀ ਤੁਸੀਂ ਜਦੋਂ ਝੜਕਦੇ ਹੋ ਫਿਰ ਨਾਲ ਹੀ ਫਿਰ ਹਸਾ ਦਿੰਦੇ ਹੋ ਹੁਣ ਵੀ ਇੱਕ ਮੁੰਡਾ ਕੀ ਨਾਮ ਦਾ ਨਾ ਖੁੱਲ ਗਿਆ ਵਾ ਮੈਂ ਫਿਲਮ ਕੀਤੀ ਹੈ ਰਾਈਟਰ ਹੈ ਮੁੰਡਾ ਉਹ ਅਮਿਤ ਕੀ ਨਾ ਸੀ ਔਰ ਔਰ ਰੋਲ ਵੀ ਕਰ ਰਿਹਾ ਸੀ ਉਹਨਾਂ ਅਸੀਂ ਮੈਂ ਫਿਲਮ ਫਿਲਮ ਕਰ ਰਿਹਾ ਸੀਗਾ ਵਲੈਤੀ ਯੰਤਰ ਜੀ ਉਹਨੇ ਵਲੈਤੀ ਯੰਤਰ ਦੀ ਫੋਟੋ ਸ਼ੇਅਰ ਕੀਤੀ ਮੇਰੇ ਨਾਲ ਫੋਟੋ ਸ਼ੇਅਰ ਕੀਤੀ ਨਾਲ ਲਿਖਿਆ ਹੈ ਕਹਿੰਦੇ ਬਾਬਾ ਜੀ ਕਦੇ ਕਦੇ ਡਾਂਟਦੇ ਉਹਨਾਂ ਝੜਕੀ ਝੜਕ ਵੀ ਦਿੰਦੇ ਨੇ ਪਰ ਹਸਾਉਂਦੇ ਜਾਂਦੇ ਨਾਲ-ਨਾਲ ਇਹਨਾਂ ਦਾ ਗੁੱਸਾ ਹੀ ਨਹੀਂ ਕਰਦੇ ਸਾਨੂੰ ਲੱਗਦਾ ਹੀ ਨਹੀਂ ਗੁੱਸਾ ਪਰ ਬਹੁਤ ਮਜ਼ਾ ਆਉਂਦਾ ਹੈ ਇਹਨਾਂ ਨਾਲ ਕੰਮ ਕਰਕੇ ਮੈਂ ਜਦੋਂ ਐਕਟ ਕਰਦਾ ਮੈਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਮੈਂ ਕਿਸੇ ਨਵੇਂ ਐਕਟਰ ਨੂੰ ਇਹ ਨਹੀਂ ਇਹਸਾਸ ਫੋਨ ਦੇਣਾ ਚਾਹੁੰਦਾ ਕਿ ਮੈਂ ਤੇਰੇ ਨਾਲ ਸੀਨੀਅਰ ਹਾਂ ਤੇਰੇ ਨਾਲ ਵੱਧ ਕੰਮ ਜਾਣਦਾ ਵਧੀਆ ਕੰਮ ਜਾਣਦਾ ਜੇ ਉਹਨੂੰ ਸਮਝਾਉਣਾ ਵੀ ਆ ਤਾਂ ਇਹ ਗਲਤ ਹੈ ਸਾਲ ਪਹਿਲਾਂ ਤਾਂ ਬਹੁਤ ਫਰੈਂਡਲੀ ਹੋ ਜਾਈਦਾ ਕਿ ਨਹੀਂ ਤਾਂ ਜਿਵੇਂ ਸਾਡੇ ਕੁਝ ਕਦੇ ਪਸੀਨੇ ਛੁੜਦੇ ਸੀ ਓਮਪਰੀ ਨਾਲ ਪਹਿਲੀ ਵਾਰੀ ਜਦੋਂ ਐਕਟ ਕੀਤਾ ਉਦੋਂ ਥੋੜੀ ਝਿਜਕ ਹੈ ਗਈ ਸੀ ਪਰ ਜ਼ਿਆਦਾ ਨਹੀਂ ਸੀ ਜ਼ਿਆਦਾ ਇਸ ਕਰਕੇ ਕਿ ਓਮਪਰੀ ਟਿਗਣਾ ਸਾਹਿਬ ਦੇ ਚੇਲੇ ਸੀ ਆਉਂਦੇ ਜਾਂਦੇ ਰਹਿੰਦੇ ਸੀ ਇਸ ਕਰਕੇ ਉਹਨਾਂ ਨਾਲ ਪਹਿਲਾਂ ਖੁੱਲ ਮਿਲ ਗਏ ਸੀਗੇ ਖੁੱਲ ਗਏ ਸੀ ਸੋ ਨਵੇਂ ਮੁੰਡਿਆਂ ਨੂੰ ਇਹ ਬੜੀ ਤਕਲੀਫ ਹੁੰਦੀ ਹੈ ਉਹ ਜਦੋਂ ਅ ਸਿਨੇਮਾ ਛੁਣ ਕਈ ਡਾਇਰੈਕਟਰ ਕਈ ਰਾਈਟਰ ਜਦੋਂ ਇਹ ਕਹਿੰਦੇ ਨੇ ਅ ਯਾਰ ਮੈਂ ਕਈ ਵਾਰੀ ਇਹ ਹੁੰਦਾ ਕਿ ਯਾਰ ਮੇਰੇ ਕੋਲੇ ਡਾਟਾ ਦਾ ਕੀ ਕਰਾਂ ਸੋਹੀ ਸਾਹਿਬ ਆ ਦੇਖੋ ਅਰਦਾਸ ਪਹਿਲੀ ਤੁਹਾਡਾ ਨੋ 20 ਸੋਹੀ ਲਿਖਿਆ ਹੋਇਆ ਹੈ ਸਕ੍ਰਿਪਟ ਤੇ ਗਿੱਪੀ ਦੇ ਰਾਣਾ ਰਣਵੀਰ ਕਹਿੰਦੇ ਫਿਰ ਫਿਲਮ ਨਹੀਂ ਬਣਾਉਂਦੇ ਫਿਰ ਕੀ ਕਰੀਏ ਕਿ ਇਹ ਤੁਸੀਂ ਡਾਟਾ ਸਾਨੂੰ ਨਹੀਂ ਦੇ ਰਹੇ ਮੈਂ ਦੂਜੇ ਪਾਸੇ ਇੱਕ ਮੇਰਾ ਮਨ ਅੰਦਰ ਡਨ ਹੋਇਆ ਸੀਗਾ ਮੈਂ ਕਿਹਾ ਵੀ ਉਹਨਾਂ ਨੂੰ ਪੁੱਛ ਕੇ ਦੱਸਦਾ ਪੁੱਛ ਕੇ ਦੱਸੂਗਾ ਮਤਲਬ ਜੇ ਉਧਰ ਹੱਡਾ ਨੋ ਗਈ ਫਿਰ ਅਸੀਂ ਫਿਲਮ ਬੰਦ ਕਰ ਦਈਏ ਫਿਰ ਮੈਂ ਕਿਹਾ ਇੰਨਾ ਗੁੱਸਾ ਨਾ ਕਰੋ ਮੈਂ ਤੁਸੀਂ ਇੰਨਾ ਮਾਨ ਦੇ ਰਹੇ ਹੋ ਮੈਂ ਥੋੜਾ ਸੋਚਣ ਦਿਓ ਮੈਂ ਤੁਹਾਨੂੰ ਕੱਲ ਨੂੰ ਦੱਸ ਦੇਣਾ ਮੈਂ ਗੱਲ ਕੀਤੀ ਦੂਜੇ ਪਾਸੇ ਗੱਲ ਕੀਤੀ ਉਹ ਨਹੀਂ ਜੀ ਜਦੋਂ ਉਹ ਫਿਲਮ ਕਰ ਲੋ ਜਾਂ ਸਾਡੇ ਕਰ ਲੋ ਮੈਂ ਕਿਹਾ ਹੁਣ ਤਾਂ ਨਹੀਂ ਮੈਂ ਕਰਦਾ ਤੁਹਾਡੀ ਹੁਣ ਮੈਂ ਉਹੀ ਕਰੂੰਗਾ ਇੱਥੇ ਮੇਰਾ ਕੈਰੈਕਟਰ ਤੇ ਨਾਮ ਲਿਖਿਆ ਹੋਇਆ ਉਹ ਜਦੋਂ ਇਹੋ ਜਿਹੀ ਗੱਲਾਂ ਆਉਂਦੀਆਂ ਨੇ ਕਿ ਮੈਂ ਉਹ ਫਿਲਮ ਕੀਤੀ ਸੀ ਆ ਸਾਬਾਦਰ ਜੀ ਉਹਦੇ ਚ ਉਹ ਰਾਈਟਰ ਮੁੰਡਾ ਜਸ ਗਰੇਵਾਲ ਹੈ ਜਸ ਗਰੇਵਾਲ ਜਸ ਜਸ ਉਹਨੂੰ ਡਾਇਰੈਕਟਰ ਵੀ ਬਣ ਗਿਆ ਜਸ ਦਾ ਬਾਬਾ ਰੋ ਲੈਂਥ ਵਾਈ ਤਾਂ ਛੋਟਾ ਪਰ ਹੋਰ ਹੋਰ ਕੋਈ ਹੈ ਹੀ ਨਹੀਂ ਵੀ ਅਸੀਂ ਕਹਿੰਦੇ ਵੀ ਸੋਹੀ ਨਹੀਂ ਆਉਂਦਾ ਤਾਂ ਉਹ ਤੋਂ ਕਰਾ ਲੀਏ ਜੀ ਜੀ ਉਹ ਤੁਹਾਨੂੰ ਸਾਹਮਣੇ ਰੱਖ ਕੇ ਲਿਖਿਆ ਗਿਆ ਉਹ ਕੈਰੈਕਟਰ ਮੈਂ ਕੀਤਾ ਮੈਨੂੰ ਫਿਲਮ ਚੱਲਣਾ ਨਾਚਣਾ ਅਲੱਗ ਗੱਲ ਐ ਪਰ ਮੈਂ ਨਾ ਇੰਜੋਏ ਕੀਤਾ ਕੈਰੈਕਟਰ ਉਹ ਦਰਜੀ ਦਾ ਰੋਲ ਜਿਹਨੂੰ ਪਿੰਡਾਂ ਚ ਛੀਂਬਾ ਕਹਿੰਦੇ ਹੁੰਦੇ ਨੇ ਜੀ 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 ਤੇ ਉਹ ਭਲਾ ਸਾਹਿਬ ਨੇ ਉਹ ਵੀ ਕੀਤਾ ਕਮੈਂਟ ਵੀ ਕਹਿੰਦਾ ਤਲੰਗਾ ਜਾ ਕਹਿੰਦਾ ਇੱਕ ਟੰਗ ਵਾਲੀ ਚ ਉਹ ਚੱਕੀ ਫਿਰਦਾ ਕੈਂਚੀ ਮਾਰਨ ਨੂੰ ਯਾਨੀ ਜਿਵੇਂ ਆਪ ਦੇ ਜਿਹੜਾ ਜਿਹੜਾ ਕੈਰੈਕਟਰ ਆ ਬਤੁਰਦਾ ਲੰਗ ਮਾਰ ਕੇ ਲੱਤ ਦੀ ਇੱਕ ਕੈਂਚੀ ਦੀ ਲੱਤ ਦੀ ਇੱਕ ਵੀ ਹੈ ਕੋਈ